ब्रेक तो बाद मुड़ तो हाजर हाँ। रुक करेंगे अगली खबर का। नंगल विच तेंदुए दे बच्चे का शिकार किया। शिकारियों ने तेंदुए दे बच्चे की जान ले ली। पिंड निकू नंगल दे जंगल की यह घटना दसी जा रही है। जंगली जीव विभाग ने डेड बॉडी नू अपने कब्जे में लिया। जंगलात महकमे के अफसर गोली नाल शिकार करन दा इत्थे शक है। इत्थे तस्वीर तुसी वेख सकदे हो बेजुबाना ते किस तरह इत्थे सितम किया गया। यह तस्वीर आप मुहारे बयान कर रही ने। जंगली जीव विभाग की मुख्यमंत्री नू अपील है कि तेंदुए के बच्चे का शिकार करन वालियां खिलाफ सख्त कार्रवाई होवे। जंगली जीव विभाग ने डेड बॉडी नू अपने कब्जे में ले लिया है। जंगलात महकमे के अफसर गोली मार के शिकार करन दा इत्थे शक है। जंगली जीव विभाग की मुख्यमंत्री नू ए अपील भी है कि जो भी इस दे लई जिम्मेवार ने उसके खिलाफ सख्त कार्रवाई की जाए। तेंदुए के बच्चे का शिकार किया गया। शिकारियों ने तेंदुए के बच्चे की इस तरह जान ले ली। जंगलात विभाग के अधिकारियों नू ए शक है कि गोली मार के इसकी जान ले गई। तो शिकारियों ने तेंदुए के बच्चे की जान ले ली। जो तस्वीर तुम वेख रहे हो पिंड निकू नंगल के जंगल की एक घटना दसी जा रही है। जंगली जीव विभाग ने डेड बॉडी नू अपने कब्जे में लिया है। इत्थे दस दईए जंगलात महकमे के अफसर गोली मार के शिकार करन दा शक है। तस्वीर तुसी वेख सकते हो इस डेड बॉडी नू कब्जे में ले लिया गया है। तो सख्त कार्रवाई की मांग की गई है। नंगल के नाल लगते पिंड निकू नंगल दे विच एक जिहड़ा सब अडल्ट लैपर्ड हैगा है। इहने मैनूं पता नहीं है कि मेल आ कि फीमेल आ। मेल ते उहदी बॉडी रिकवर होई है। तो जिन्ना कि मैनूं ज्ञान है इहदे बारे तो यही लग रहा कि इहनूं जां तां गनशॉट आ उहदे और सिर दे उत्ते इहदे कुछ मारिया गया। सो मैं यही रिक्वेस्ट करना चाहवांगा ईवन कि सी एम भगवंत मान जी नूं ते फॉरेस्ट ते वाइल्डलाइफ मिनिस्टर नूं तो जिहड़े जंगली जीव आ और जंगल हैगे आ जे बचाने आ दैन पेपर च नहीं बचने। सानू बहुत अच्छी पॉलिसी ये बनानी पएगी नहीं तो साड़ी जिहड़ी एक वैल्यूएबल वाइल्डलाइफ हैगी उहदा बहुत नुकसान हो रहा है। सत्त महीने के लैपड़ नू गोली ना मार के शिकारियों ने जिदा मारिया इस दे नाल ही इसकी माँ नू इस तो पहला मार दिता शिकारियों ने। अदरवाइज नहीं तो इस बच्चे के शब्द को इसकी माता जरूर इसकी मदर ने रहना सी उन्हें छड़ के नहीं सी जाना। ਤੁਸੀਂ ਸੁਣਿਆ ਇੱਥੇ ਸਾਫ਼ ਤੌਰ 'ਤੇ ਕਿਹਾ ਗਿਆ ਕਿ ਇਸਦੀ ਮਾਂ ਨੂੰ ਵੀ ਪਹਿਲਾਂ ਮਾਰ ਦਿੱਤਾ ਗਿਆ ਨਹੀਂ ਤਾਂ ਉਸਨੇ ਇਸਨੂੰ ਛੱਡ ਕੇ ਨਹੀਂ ਸੀ ਜਾਣਾ। ਸਾਡੇ ਸਹਿਯੋਗੀ ਬਲਜੀਤ ਜੁੜ ਗਏ ਨੇ। ਬਲਜੀਤ ਇੱਥੇ ਪੂਰੀ ਜਾਣਕਾਰੀ ਚਾਹਾਂਗੇ ਜੋ ਇਸ ਬੇਜ਼ੁਬਾਨ 'ਤੇ ਇਸ ਤਰ੍ਹਾਂ ਗੋਲੀ ਨਾਲ ਇਹ ਵਾਰ ਕੀਤਾ ਗਿਆ ਅਤੇ ਹੁਣ ਕਾਰਵਾਈ ਕਿੱਥੇ ਤੱਕ ਪਹੁੰਚੀ ਹੈ? ਬਿਲਕੁਲ ਨੀਲਮ, ਇਹ ਜਿਹੜਾ ਪੂਰਾ ਮਾਮਲਾ ਹੈ ਨੰਗਲ ਦੇ ਨਾਲ ਪੈਂਦਾ ਹੈ। ਨਿੱਕੂ ਨੰਗਲ ਜਿਸਦਾ ਨਾਮ ਹੈ ਉਹ ਉੱਥੇ ਦਾ ਜਿਹੜਾ ਜੰਗਲੀ ਏਰੀਆ ਹੈ ਉੱਥੋਂ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਬੀਤੀ ਰਾਤ ਜਿਹੜੇ ਕੁਛ ਜਿਹੜੇ ਵਾਈਲਡ ਲਾਈਫ ਨੂੰ ਪਿਆਰ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਇਹ ਪੂਰਾ ਮਾਮਲਾ ਜਿਹੜਾ ਸਾਹਮਣੇ ਲਿਆਂਦਾ ਗਿਆ ਕਿਉਂਕਿ ਬੀਤੇ ਕੁਛ ਦਿਨਾਂ ਤੋਂ ਜਿਹੜੀ ਇਹ ਖਬਰ ਮਿਲ ਰਹੀ ਸੀ ਕਿ ਸਥਾਨਕ ਲੋਕਾਂ ਦੇ ਵੱਲੋਂ ਇੱਕ ਜਿਹੜੀ ਫੀਮੇਲ ਲੈਪੜ ਹੈ ਤੇ ਨਾਲ ਉਸਦੇ ਜਿਹੜੇ ਦੋ ਬੱਚੇ ਉਹਨਾਂ ਨੂੰ ਦੇਖਿਆ ਗਿਆ ਸੀ ਜਿਸ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਵੀ ਜ਼ਰੂਰ ਸੀ ਕਿਉਂਕਿ ਜੰਗਲੀ ਜਾਨਵਰ ਜਿਹੜੇ ਨੇ ਉਹ ਮਨੁੱਖਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਲਈ ਹਮੇਸ਼ਾ ਖਤਰਾ ਵੀ ਬਣੇ ਹੁੰਦੇ ਨੇ। ਪਰੰਤੂ ਜਿਸ ਤਰੀਕੇ ਦੇ ਨਾਲ ਹੁਣ ਇਹ ਤਾਜ਼ਾ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਇੱਕ ਲੈਪੜ ਜਿਹੜਾ ਲੈਪੜ ਦਾ ਬੱਚਾ ਦੱਸਿਆ ਜਾ ਰਿਹਾ ਉਸਦੇ ਸਿਰ ਤੇ ਜਿਹੜਾ ਵਾਰ ਕੀਤਾ ਗਿਆ। ਹਾਲਾਂਕਿ ਇਹ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਗੋਲੀ ਦੇ ਨਾਲ ਜਿਹੜੀ ਮੌਤ ਹੋਈ ਹੈ ਜਾਂ ਫਿਰ ਇਹ ਕੋਈ ਤੇਜ਼ ਧਾਰ ਹਥਿਆਰ ਜਿਹੜਾ ਮਾਰ ਕੇ ਮੌਤ ਕੀਤੀ ਗਈ ਹੈ। ਪਰ ਆਪਣੇ ਆਪ ਦੇ ਵਿੱਚ ਇੱਕ ਬੜਾ ਗੰਭੀਰ ਮਾਮਲਾ ਹੈ ਕਿਉਂਕਿ ਜਿੱਥੇ ਜੰਗਲੀ ਜਾਨਵਰਾਂ ਨੂੰ ਬਚਾਉਣ ਦੇ ਲਈ ਸਰਕਾਰਾਂ ਹਮੇਸ਼ਾ ਜਿਹੜਾ ਇਹ ਉਪਰਾਲਾ ਕਰਦੀਆਂ ਰਹੀਆਂ ਨੇ ਪਰ ਇਸ ਤਰੀਕੇ ਦੇ ਜਦੋਂ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਕਿਤੇ ਨਾ ਕਿਤੇ ਸਵਾਲ ਜਿਹੜਾ ਜ਼ਰੂਰ ਉੱਠਦਾ ਹੈ ਉਹਨਾਂ ਲੋਕਾਂ ਦੇ ਉੱਪਰ ਵੀ ਜਿਹੜੇ ਲੋਕ ਇਸ ਤਰ੍ਹਾਂ ਦੀ ਘਿਨੌਣੀ ਹਰਕਤ ਕਰਦੇ ਨੇ ਅਤੇ ਸਰਕਾਰਾਂ ਦੇ ਉੱਪਰ ਵੀ ਕਿ ਜਿਹੜੇ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਸਰਕਾਰਾਂ ਦੇ ਵੱਲੋਂ ਪੈਸਾ ਖਰਚ ਕੀਤਾ ਜਾ ਰਿਹਾ ਹੈ ਜੰਗਲੀ ਜਾਨਵਰਾਂ ਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਕਿਉਂਕਿ ਹੌਲੀ ਹੌਲੀ ਇਹ ਚੀਜ਼ਾਂ ਜਿਹੜੀਆਂ ਇਹਨਾਂ ਦੇ ਨੰਬਰ ਜਿਹੜਾ ਹੈ ਉਹ ਘੱਟਦਾ ਜਾ ਰਿਹਾ ਹੈ ਸਪੀਸ਼ੀਜ਼ ਜਿਹੜੀਆਂ ਹੈਗੀਆਂ ਨੇ ਉਹ ਐਕਸਟੈਂਟ ਹੁੰਦੀਆਂ ਜਾ ਰਹੀਆਂ ਨੇ। ਸੋ ਇਹ ਇੱਕ ਗੰਭੀਰ ਮਾਮਲਾ ਜਿਹੜਾ ਉਹ ਨੰਗਲ ਦੇ ਪਿੰਡ ਨਿੱਕੂ ਨੰਗਲ ਤੋਂ ਸਾਹਮਣੇ ਆਇਆ ਹੈ ਜੀ। ਬਲਜੀਤ, ਕੀ ਇਸ ਜੰਗਲ ਵਿੱਚ ਇਸ ਤਰ੍ਹਾਂ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਹੈ? ਨੀਲਮ, ਦੇਖੋ ਜਿਹੜੇ ਲੋਕ ਸ਼ਿਕਾਰ ਖੇਡਦੇ ਨੇ ਹਾਲਾਂਕਿ ਸ਼ਿਕਾਰ ਦੇ ਉੱਪਰ ਪੂਰਨ ਤੌਰ ਤੇ ਪਾਬੰਦੀ ਹੈ ਪਰ ਲੋਕੀ ਚੋਰੀ ਛੁਪੇ ਜਿਹੜਾ ਸ਼ਿਕਾਰ ਖੇਡਦੇ ਨੇ ਤੇ ਜੰਗਲਾਂ ਦੇ ਵਿੱਚ ਜਾਂਦੇ ਨੇ ਤੇ ਉੱਥੇ ਸ਼ਿਕਾਰ ਦੀਆਂ ਘਟਨਾਵਾਂ ਜਿਹੜੀਆਂ ਉਹ ਗਾਹੇ ਬਗਾਹੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਸੋ ਜਾਣ ਦੀ ਇਜਾਜ਼ਤ ਤਾਂ ਨਹੀਂ ਹੈ, ਸ਼ਿਕਾਰ ਕਰਨ ਦੀ ਇਜਾਜ਼ਤ ਨਹੀਂ ਹੈ, ਲੇਕਿਨ ਲੋਕੀ ਚੋਰੀ ਛੁਪੇ ਕੰਮ ਜ਼ਰੂਰ ਕਰਦੇ ਨੇ ਜੀ।
जी बलजीत, की कुछ हुण तक अपडेट इस नूं लैके सामने आया जो इस दे लई जिम्मेवार ने, कोई पकड़ विच आया हुण तक? नहीं, अजे तक इस दे बारे जिहड़ी कोई ऑफिशियल स्टेटमेंट जंगलात विभाग दे वल्लों सामने नहीं आई है, क्योंकि यह कल रात का देर रात का मामला है। तो उस तो बाद कब है जो लैपड़ का बच्चा है इसकी डेड बॉडी में जो रोपड़ लिजाया गया, तो उसे पोस्टमार्टम होएगा। तो जरूर ही जो संबंधित विभाग है, संबंधित विभाग के अधिकारी ने वो छानबीन करेंगे। हालांकि ऐसे मामलों के जोड़े लोग गिल्टी होंगे ने वो पकड़ तो हमेशा बाहर ही रहते हैं, क्योंकि ना तो उसे कोई सीसीटीवी कैमरा होंदा है। जी बिल्कुल, लेकिन कार्रवाई जरूर की जाएगी। जी जी बलजीत, फिलहाल तमाम जानकारी दे लई बहुत बहुत शुक्रिया। सो नंगल विच तेंदुए दे बच्चे दा शिकार किया गया, ते इत्थे जंगलात विभाग दे अधिकारियां ने मांग की है सरकार तो के कार्रवाई इत्थे की जाए।